ਸਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਲੈ ਕੇ ਆਏ ਹਾਂ ਜੀ ਇੱਕ ਹੋਰ ਨਵੀਂ ਰੈਸਪੀ ਜਿਹੜੀ ਕਿ ਮੇਰੇ ਲਈ ਬਣਾਉਣੀ ਬਹੁਤ ਮੁਸ਼ਕਲ ਹੀ ਗਈ ਜਦੋਂ ਮੈਂ ਪਹਿਲੀ ਵਾਰੀ ਬਣਾਈ ਕਿਉਂਕਿ ਮੈਂ ਬੈਂਗਨ ਦਾ ਪਰਤਾ ਕਦੀ ਕੁਆਰੀ ਹੁੰਦੀਆਂ ਖਾਧਾਂ ਵੀ ਨਹੀਂ ਸਾਡੇ ਘਰ ਬੰਦਾ ਬਹੁਤ ਹੀ ਮੇਰੇ ਟੜੀ ਜੀ ਦਾ ਫੇਵਰਿਟ ਠੀਕ ਹੈ ਪਰ ਮੈਨੂੰ ਨਹੀਂ ਪਸੰਦ ਹੁੰਦਾ ਬੈਂਗਨ ਦਾ ਪਰਤਾ ਖਾਣਾ ਇਸ ਕਰਕੇ ਮੈਨੂੰ ਪਤਾ ਵੀ ਨਹੀਂ ਬਣਾਉਣਾ ਕਿੱਦਾਂ ਟਾਈਮ ਤੇ ਨਾਲ ਲੱਤ ਜਾ ਜਾਗੀ ਤੇ ਇਹ ਮੈਂ ਪਰਥਾ ਬਣਾਇਆ ਮੈਂ ਜੀ ਬੇਕ ਕਰਕੇ ਬੈਂਗਨ ਦੇ ਉੱਤੇ ਮੈਂ ਤੇਲ ਲਾ ਲਿਆ ਹੀ ਕੱਟ ਲਾ ਲਈ ਤੇ ਲਸਣ ਛਿੱਲ ਕੇ ਨਾਲ ਹੀ ਟਮਾਟਰ ਜਿਹੜਾ ਅਮਨ ਬੇਕ ਕਰ ਲਏ ਹੀਗੇ ਇਹਨਾਂ ਨੂੰ ਮੈਂ ਸਿੱਧਾ ਉਹਦੇ ਉੱਤੇ ਫਲੇਮ ਤੇ ਨਹੀਂ ਰੋਸਟ ਕੀਤਾ ਕਿਉਂਕਿ ਮੈਨੂੰ ਵਹਿਮ ਜਿਹਾ ਹੋ ਗਿਆ ਵਾ ਕਿ ਜੇ ਗੈਸ ਤੇ ਉੱਤੇ ਸਿੱਧਾ ਕਰੀਏ ਤੇ ਕਹਿੰਦੇ ਕੈਂਸਰ ਹੋ ਜਾਂਦੀ ਹੈ ਪਰ ਕੁਝ ਵੀ ਹੋਵੇ ਨਾਵੇਂ ਹੋਵੇ ਕੈਂਸਰ ਪਰ ਹਾਈਜੀਨਿਕ ਜਿਹਾ ਤਰੀਕਾ ਜਿਹਾ ਨਹੀਂ ਲੱਗਦਾ ਮੈਨੂੰ ਜਿਹੜਾ ਫਲੇਮ ਦੇ ਉੱਤੇ ਸਿੱਧਾ ਕੁੱਕ ਕਰਨਾ ਇਸ ਕਰਕੇ ਵੇਖੋ ਆ ਮੈਂ ਟਮਾਟਰ ਵੀ ਇਦਾਂ ਹੀ ਬੇਕ ਕਰ ਲਏ ਸੀਗੇ ਅਮਨ ਦੇ ਵਿੱਚ ਤੇ ਸਾਰਾ ਕੁਝ ਛੋਟਾ ਛੋਟਾ ਇਹਨਾਂ ਨੂੰ ਚੌਪ ਕਰਕੇ ਤੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਆਈ نو ਦ ਟ੍ਰੈਡੀਸ਼ਨਲ ਤਰੀਕਾ ਦੇ ਕੋਈ ਹੋਰ ਹੀ ਹੋਣਾ ਬੈਂਗਨ ਬਣਾਉਣ ਦਾ ਪਰ ਮੈਂ ਕਦੀ ਬਣਾਉਂਦੇ ਨਹੀਂ ਵੇਖਿਆ ਸੀਗਾ ਕਿ ਇਹਨੂੰ ਨਾ ਖਾਦੇ ਇਸ ਕਰਕੇ ਮੈਂ ਆਪਣੇ ਜਿਹੇ ਹਿਸਾਬ ਨਾਲ ਬਣਾਉਣੀ ਹੈ ਉਹੀ ਮੈਂ ਅੱਜ ਇੱਥੇ ਸ਼ੇਅਰ ਕਰਨ ਲੱਗੀ ਆਂ ਆਈ ਹੋਪ ਕਿ ਜੰਨੀਆਂ ਵੀ ਮੇਰੇ ਵਰਗੀਆਂ ਕੁੜੀਆਂ ਜਿਹੜੀਆਂ ਜਿਨ੍ਹਾਂ ਨੂੰ ਸ਼ੁਰੂ ਵਿੱਚ ਤਕਲੀਫ ਹੁੰਦੀ ਹੈ ਚੀਜ਼ਾਂ ਬਣਾਉਣ ਲਈ ਉਹਨਾਂ ਲਈ ਮੇਰੀ ਵੀਡੀਓ ਇੱਕ ਹੈਲਪਫੁਲ ਮੀਡੀਅਮ ਬਣੂਗੀ ਤੇ ਤੇਲ ਪਾਤਾ ਮੈਂ ਕੜਾਈ ਦੇ ਵਿੱਚ hing ਪਾ ਕੇ ਜੀਰਾ ਪਾ ਕੇ ਜਿਹੜਾ ਆਪਣਾ ਪਿਆਜ਼ ਛੋਟਾ ਛੋਟਾ ਮੈਂ ਕੀਤਾ ਹੋਇਆ ਹੈਗਾ ਨਾਲ ਹੀ ਅਦਰਕ ਤੇ ਉਹਨੂੰ ਮੈਂ ਐਡ ਕਰ ਦੂੰਗੀ ਜਦੋਂ ਮੈਂ ਸੁੱਕੀ ਸਬਜੀ ਬਣਾਉਣੀ ਆ ਮੈਂ ਕੋਸ਼ਿਸ਼ ਕਰਦੀ ਆ ਅਦਰਕ ਤੇ ਪਿਆਜ਼ ਇਕੱਠਾ ਪਾਵਾਂ ਤਾਂ ਕਿ ਜਿਹੜਾ ਅਦਰਕ ਦਾ ਕੱਚਾ ਪਾਣਾ ਉਸ ਸੁੱਕੀ ਸਬਜੀ ਦੇ ਵਿੱਚ ਸਵਾਦ ਜਿਹੜਾ ਵਧੀਆ ਹੁੰਦਾ ਆ ਤੇ ਉਹ ਵਧੀਆ ਸਵਾਦ ਉਦਾਂ ਹੀ ਆਵੇ ਹਾਂ ਤਰੀ ਵਾਲੀ ਸਬਜੀ ਦੇ ਵਿੱਚ ਜ਼ਰੂਰ ਪਹਿਲਾਂ ਪਾਉਣੀ ਆ ਪਰ ਇੱਥੇ ਮੈਂ ਸੁੱਕੀ ਸਬਜੀ ਜਿਵੇਂ ਹੀ ਪਾਤਾ ਤੇ ਨਾਲ ਹੀ ਐਡ ਕਰਦਾ ਸੌਲਟ ਜਦ ਤੱਕ ਪਿਆਰ ਪੁੱਜਿਆ ਉਹਦੇ ਬਾਅਦ ਮੈਂ ਐਡ ਕਰ ਦਿੱਤੀ ਹਲਦੀ ਸਭ ਤੋਂ ਜ਼ਰੂਰੀ ਚੀਜ਼ ਹਲਦੀ ਤੋਂ ਬਾਅਦ ਵਾਰੀ ਆ ਗਈ ਗਰਮ ਮਸਾਲੇ ਦੀ ਗਰਮ ਮਸਾਲੇ ਤੋਂ ਬਾਅਦ ਜ਼ੀਰਾ ਪਾਊਡਰ ਤੇ ਜ਼ੀਰੇ ਪਾਊਡਰ ਤੋਂ ਬਾਅਦ ਸਭ ਤੋਂ ਜ਼ਰੂਰੀ ਚੀਜ਼ ਕਾਲੀ ਮਿਰਚ ਜੇ ਤੁਹਾਨੂੰ ਗੈਸ ਹੁੰਦੀ ਹੈ ਤੇ ਉਸ ਤੋਂ ਬਾਅਦ ਆਦਾ ਧਨੀਆ ਪਾਊਡਰ ਤੇ ਲਾਸਟੇ ਆਪਣੀ ਰਹਿ ਗਈ ਭੈਣ ਮੇਥੀ ਇਹ ਮੇਥੀ ਆਪਾਂ लास्ट ਤੇ ਐਡ ਕਰਨੀ ਆ ਉਸ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਦੇਗੀ ਵਿੱਚ ਜਦ ਨਾਲ ਕੇ ਕਲਰ ਜਿਹੜਾ ਹੈ ਉਹ ਬੈਂਗਣਾਂ ਦਾ ਵਧੀਆ ਆਊਗਾ ਇਹ ਚੀਜ਼ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਬੈਂਗਣ ਜਿਹੜਾ ਹਾਈ ਆਇਰਨ ਹੁੰਦਾ ਆ ਤੇ ਹੁਣ ਖਾਣਾ ਪੈਂਦਾ ਜਦੋਂ ਆਇਰਨ ਘਟਿਆ ਆ ਤੇ ਉਸ ਤੋਂ ਬਾਅਦ ਮੈਂ ਐਡ ਕਰ ਦਿੱਤਾ ਮੇਥੀ ਦੇ ਲੀਫਸ ਨੂੰ ਤੇ ਜੇ ਤੁਹਾਡੇ ਜਿਵੇਂ ਆਇਰਨ ਦੀ ਕਮੀ ਹੈ ਤੇ ਬੈਂਗਣ ਜ਼ਰੂਰ ਖਾਓ ਜਿੰਨਾ ਜਿਹੜੀ ਚੀਜ਼ ਜਿਹੜੀ ਆ ਉਹ ਕੱਟਦੇ ਆ ਕਰਦੇ ਆ ਕਾਲੀ ਹੋ ਜਾਂਦੀ ਆ ਮਤਲਬ ਉਹ ਹਾਈ ਇਨ ਆਇਰਨ ਆ ਇੱਕ ਮੋਟਾ ਜਿਹਾ ਫਾਰਮੂਲਾ ਹੈ ਜਿਹੜਾ ਮੈਂ ਇੱਕ ਅਪਣਾਇਆ ਹੈ ਕਿ ਹਾਂ ਜਿਹੜੀ ਚੀਜ਼ ਕਾਲੀ ਹੋ ਜਾਂਦੀ ਮਤਲਬ ਉਹਦੇ ਵਿੱਚ ਆਇਰਨ ਹੈਗਾ ਤੇ ਬਸ ਜਿਹੜਾ ਆਪਾਂ ਮੈਸ਼ ਕਰਕੇ ਰੱਖਿਆ ਹੋਇਆ ਹੈ ਹੀ ਬੈਂਗਨ ਨੂੰ ਉਹਨਾਂ ਨੂੰ ਇੱਥੇ ਐਡ ਕਰਤਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਕਿਉਂਕਿ ਬੈਂਗਨ ਦਾ ਕੁੱਕ ਆਲਰੇਡੀ ਅਵੰਝੀ ਹੋ ਗਿਆ ਹੀਗਾ ਟਾਈਮਿੰਗ ਜ਼ਿਆਦਾ ਜਿਹੜੀ ਆ ਉਹ ਇਫੈਕਟ ਕਰਦੀ ਹੈ ਜਦੋਂ ਆਪਾਂ ਨੂੰ ਬੇਕ ਕਰਨਾ ਜਾਂ ਰੋਸਟ ਕਰਨਾ ਇਸ ਤੋਂ ਬਾਅਦ ਤੇ ਕੁਕਿੰਗ ਟਾਈਮ ਬਿਲਕੁਲ ਥੋੜਾ ਜਿਹਾ ਹੀ ਰਹਿ ਜਾਣਾ ਤੇ ਇੱਥੇ ਮੈਂ ਆਪਣੀ ਭਾਬੀ ਦਾ ਦਿੱਤਾ ਹੋਇਆ ਮੈਸ਼ਰ ਵਰਤ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦਿੱਤਾ ਵੇ ਲੋ ਚੀਜ਼ਾਂ ਦੇ ਨਾਲ ਜਿਹੜੀਆਂ ਯਾਦਾਂ ਆ ਨਾ ਇਨਸਾਨ ਦੀਆਂ ਕਿੱਦਾਂ ਜੁੜ ਜਾਂਦੀਆਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਕਿ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਜਿੱਥੇ ਪਿਆਰ ਆ ਉੱਥੇ ਚੀਜ਼ਾਂ ਦਾ ਕੀ ਮਤਲਬ ਪਰ ਹੁਣ ਮੈਨੂੰ ਲੱਗਦਾ ਨਹੀਂ ਜ਼ਿਆਦਾ ਜ਼ਰੂਰੀ ਹੈ ਚੀਜ਼ਾਂ ਦੇਣੀਆਂ ਜਿੱਥੇ ਤੁਹਾਡਾ ਪਿਆਰ ਆ ਕਿਉਂਕਿ ਜਦੋਂ ਵੀ ਇਹ ਉਹਨਾਂ ਚੀਜ਼ਾਂ ਨੂੰ ਮੈਂਨੇ ਆ ਉਹਨਾਂ ਲੋਕਾਂ ਦੀਆਂ ਯਾਦਾਂ ਫਿਰ ਸਾਡੇ ਮਨ 'ਚ ਆ ਜਾਂਦੀਆਂ ਤੇ ਬਸ ਫਿਰ ਬੈਕ ਟੂ ਨੋਰਮਲ ਆ ਰੋ ਆਪਣੀ ਰੈਸਪੀ ਵੱਲ ਤਨੀਆ ਕੱਟ ਲਿਆ ਲਾਸਟ ਸਟੈਪ ਰਹਿ ਗਿਆ ਹੈਗਾ ਤੁਸੀਂ ਵੇਖਿਆ ਹੋਣਾ ਮੈਂ ਮਿਰਚ ਨਹੀਂ ਐਡ ਕੀਤੀ ਤੜਕੇ 'ਚ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਮਿਰਚ ਬਾਅਦ 'ਚ ਐਡ ਕਰੀਏ ਤੇ ਉਹਦਾ ਤਿੱਖਾਪਨ ਜ਼ਿਆਦਾ ਵਧੀਆ ਲੱਗਦਾ ਹੈ ਆ ਮੈਂ ਇਹ ਚੀਜ਼ ਫੋਲੋ ਕਰਦੀ ਆ ਤੁਸੀਂ ਵੀ ਕਰਕੇ ਵੇਖਿਓ ਜੇ ਅਜੇ ਤੱਕ ਨਹੀਂ ਕੀਤੀ ਤੇ ਤੁਹਾਨੂੰ ਡਿਫਰੈਂਸ ਫੀਲ ਹੋਊਗਾ ਤੇ ਬਸ ਹਰੀ ਮਿਰਚ ਤੇ ਧਨੀਆ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਜਦ ਤੱਕ ਧਨੀਆ ਸੌਫਟ ਹੋਊਗਾ ਮੈਂ ਨਾਲ ਨਾਲ ਆਪਣਾ ਜਿਹੜਾ ਹੈ ドライ ਤੇ ਦੀ ਤੇ ਸੈਲਡ ਦੀ ਤਿਆਰੀ ਕਰ ਲੈਣੀ ਆ ਕਿਉਂਕਿ ਸੁੱਕੀ ਸਬਜੀ ਦੇ ਨਾਲ ਦਹੀਂ ਹੋਣਾ ਦੇ ਮਸਤ ਆ ਉਦਾਂ ਤੇ ਲੰਗਦੀ ਨਹੀਂ ਆ ਸੁੱਕੀ ਸਬਜੀ ਤੇ ਬਸ ਜਦ ਤੱਕ ਇਹਨੇ ਕੁੱਕ ਹੋਣਾ ਆ ਆਪਣਾ ਪਰਠਾ অলਮੋਸਟ ਆ ਨਾ 2 ਮਿੰਟ ਦੇ ਵਿੱਚ ਬਸ ਇਹਦਾ ਫਲੇਮ ਦਾ ਕੰਮ ਮੁੱਕ ਜਾਣਾ ਆ ਉਹਨਦੇ ਦਤ ਤੱਕ ਮੈਂ ਨਾਲ ਨਾਲ ਆਪਣੇ ਰਾਇਤੇ ਦੀ ਤਿਆਰੀ ਕਰੂੰਗੀ ਉਹਦੇ ਲਈ ਮੈਂ ਦੁੱਧ ਘੋਸਾ ਕਰ ਲਿਆ ਸੀ ਬੋਲ ਦੇ ਵਿੱਚ ਆ ਮੇਰੀ ਮੰਮੀ ਨੇ ਸਿਖਾਇਆ ਮਤਲਬ ਸੱਸ ਨੇ ਕਿ ਘੋਸੇ ਦੁੱਧ ਵਿੱਚ ਇਦਾਂ ਪੱਲੀਆਂ ਪਾ ਲਈਏ ਤੇ ਉਹ ਛੇਤੀ ਸੌਫਟ ਹੋ ਜਾਂਦੀਆਂ ਆ ਜੇ ਦੁੱਧ ਚ ਨਹੀਂ ਪਾਉਣੀ ਐ ਤਾਂ ਭਾਵੇਂ ਘੋਸੇ ਪਾਣੀ ਚ ਪਾ ਲਓ ਫਿਰ ਥੋੜਾ ਜਿਹਾ ਦਹੀਂ ਐਡ ਕਰ ਲਿਆ ਜਿੱਦਾਂ ਆਪਾਂ ਰੈਗੂਲਰ ਧਨੀਆ ਕੱਟ ਕੇ ਪਾਉਨੇ ਆ ਉਦਾਂ ਪਾ ਲਿਆ ਹਰੀ ਮਿਰਚ ਵੀ ਪਾਤੀ ਨਾਲ ਹੀ ਦਹੀਂ ਦੇ ਵਿੱਚ ਤੇ ਆ ਵੇਖੋ ਪੱਲੀਆਂ ਸੌਫਟ ਹੋ ਵੀ ਗਈਆਂ ਘੋਸੇ ਦੁੱਧ ਵਿੱਚ ਪਾਉਣ ਦਾ ਕਰਕੇ ਨਾਲ ਹੀ ਐਡ ਕਰ ਦਿੱਤੀ ਕਾਲੀ ਮਿਰਚ ਤੇ ਪਿੰਕ ਸాల్ਟ ਥੋੜਾ ਜਿਹਾ ਪਾਤਾ ਜਿਹੜਾ ਗਰਮ ਮਸਾਲਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਆਪਣਾ ਰਾਇਤਾ ਹੋ ਗਿਆ ਰੈਡੀ ਤੇ ਲਾਸਟ ਬਟ ਨਾਟ ਲਿਸਟ ਗਾਰਨਿਸ਼ਿੰਗ ਲਈ ਮੈਂ ਪਾਤਾ ਮਿੰਟ ਪਾਊਡਰ ਫਿਰ ਆਪਾਂ ਕਟਾਂਗੇ ਸੈਲਡ ਸੈਲਡ ਨੂੰ ਨਾਰਮਲ ਸ਼ੇਪ ਨਾਲ ਥੋੜਾ ਵਕਰਾ ਕਟਾਂਗੇ ਛੁੱਟੀ ਆ ਇਸ ਕਰਕੇ ਫੂਡ ਥੋੜਾ ਜਿਹਾ ਸਪੈਸ਼ਲ ਲੱਗਣਾ ਚਾਹੀਦਾ ਪਲੇਟ 'ਚ ਪਿਆ ਐਟ ਲੀਸਟ ਬਾਕੀ ਦਿਨਾਂ ਜਿੱਤੇ ਫਫੜਾ ਦੇ ਫੜੀ ਚਾਣਾ ਹੁੰਦਾ ਵਾ ਤੇ ਬਸ ਚੱਲ ਪਈਦਾ ਸੈਟਰਡੇ ਸੰਡੇ ਹੀ ਹੁੰਦਾ ਹੈ ਜਿੱਦਨ ਆਰਾਮ ਨਾਲ ਬੈ ਕੇ ਰੋਟੀ ਖਾ ਸਕਦੇ ਆ ਤੇ ਇਹਨੂੰ ਹੋਰ ਥੋੜਾ ਜਿਹਾ ਸਪੈਸ਼ਲ ਬਨੋ ਲਈ ਮੈਂ ਕੁਝ ਅਲੱਗ ਤੋਂ ਐਫਰਟ ਕੀਤੇ ਤੇ ਇੱਥੇ ਮੈਂ ਫੁਲਕੇ ਬਣਾ ਲਏ ਆਪਣੇ ਫੁਲਕੇ ਬਨਉਣ ਤੋਂ ਬਾਅਦ ਬਸ ਵਾਰੀ ਆ ਗਈ ਪਲੇਟਿੰਗ ਦੀ ਚੱਕੀ ਮੈਂ ਆਪਣੀ ਦਾਲ ਦੀ ਪਲੇਟ ਮਤਲਬ ਕਿ ਪੇਕਿਆਂ ਤੋਂ ਆਈ ਹੋਈ ਵਿੱਚ ਰੱਖੀਆਂ ਕੋਲੀਆਂ ਤੇ ਤੁਸੀਂ ਇੰਜੋਏ ਕਰੋ ਫਲੇਟਿੰਗ ਨੂੰ ਤੇ ਮੇਰੇ ਵੱਲੋਂ ਸასი ਗਾਲ ਬਾਏ ਬਾਏ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਆਈ ਹੋਪ ਕਿ ਤੁਸੀਂ ਵੀਡੀਓ ਇੰਜੋਏ ਕੀਤੀ ਹੋਗੀ ਜੇ ਕੀਤੀ ਆ ਤੇ ਕਮੈਂਟ ਜਰੂਰ ਕਰਿਓ ਐਟ ਲੀਸਟ ਮੈਨੂੰ ਪਤਾ ਲੱਗੇ ਕਿ ਤੁਸੀਂ ਕੀ ਵੇਖਦੇ ਹੋ ਕੀ ਨੋਟਿਸ ਕਰਦੇ ਹੋ ਵੀਡੀਓ ਦੇ ਵਿੱਚ ਚੰਗਾ ਮਾੜਾ ਕੁਝ ਵੀ ਆ ਡੂ ਕਮੈਂਟ ਬਿਲੋ ਤਾਂ ਕਿ ਮੈਂ ਤੁਹਾਡੇ ਨਾਲ ਇੱਕ ਕਮਿਊਨੀਕੇਸ਼ਨ ਦਾ ਮੇਰਾ ਮੀਡੀਅਮ ਜਿਹੜਾ ਉਹ ਸੈੱਟ ਹੋ ਜੇ ਮੈਨੂੰ ਪਤਾ ਲੱਗੇ ਕਿ ਤੁਸੀਂ ਤੁਹਾਨੂੰ ਵੀਡੀਓ ਦੇ ਵਿੱਚੋਂ ਕੀ ਚੀਜ਼ਾਂ ਜੜੀਆਂ ਵਾਂ ਨੋਟਿਸ ਹੁੰਦੀਆਂ ਆ ਥੈਂਕ ਯੂ ਫਾਰ ਵਾਚਿੰਗ ਬਾਏ ਬਾਏ ਸੀ ਨੈਕਸਟ ਟਾਈਮ